ਜਦੋਂ ਵੀ ਕੋਈ ਸਿੱਖ ਤੁਹਾਡੀ ਨਜ਼ਰ ਦੇ ਵਿੱਚ ਸਾਹਮਣੇ ਆਉਂਦਾ, ਸਭ ਤੋਂ ਪਹਿਲਾਂ ਤੁਹਾਡੇ ਮਨ 'ਚ ਕੀ ਵਿਚਾਰ ਆਉਂਦਾ, ਕੀ ਭਾਵਨਾ ਆਉਂਦੀ ਹੈ ਵੀ ਕਿਹੋ ਜਿਹੇ ਲੋਕ ਨੇ, ਕਿੱਦਾਂ ਦੇ ਨੇ, ਕਿਹੋ ਜਿਹੀ ਕੌਮ ਹੈ? ਮੈਨੂੰ ਤਾਂ ਪਹਿਲਾਂ ਮੇਰਾ ਐਕਸਪੀਰੀਅੰਸ ਆਇਆ ਸੀ ਇੱਥੇ ਵੇਖ ਕੇ, ਮੈਨੂੰ ਤਾਂ ਸੋਹਣੇ ਬਹੁਤ ਲੱਗੇ ਸਨ। ਅਤੇ ਉਹਨਾਂ ਨਾਲ ਗੱਲਬਾਤ ਕਰਕੇ ਸੈਲਫੀ ਲੈਣ ਦਾ ਬਹੁਤ ਹੀ ਮਜ਼ਾ ਆਇਆ। ਜ਼ਿੰਦਗੀ ਦਾ ਪਹਿਲਾ ਟੂਰ ਹੈ ਜਿਹਨੂੰ ਭੁੱਲ ਨਹੀਂ ਸਕਦੀ। ਬਹੁਤ ਮਜ਼ਾ ਆਇਆ ਇੱਥੇ ਦੇ ਲੋਕਾਂ ਨਾਲ ਮਿਲ ਕੇ, ਤਸਵੀਰਾਂ ਬਣਾ ਕੇ। ਅਤੇ ਕੁਛ ਅਸੀਂ ਇੱਥੇ ਆਏ ਹਾਂ, ਜਦੋਂ ਸਾਡੇ ਨਾਲ ਮੁਲਾਕਾਤ ਇਹਨਾਂ ਦੀ ਹੋਈ ਹੈ, ਸਾਡਾ ਦਿਲ ਹੋਰ ਬਾਗ ਬਾਗ ਹੋ ਗਿਆ। ਸਾਡੀ ਅਤੇ ਪੰਜਾਬ ਦੇ ਮੁਸਲਮਾਨਾਂ ਦੀ ਅਤੇ ਪੰਜਾਬ ਦੇ ਸਿੱਖਾਂ ਦੀ ਤਮਾਮ ਰਵਾਇਤ ਜਿਹੜੀਆਂ ਨੇ ਬਹੁਤ ਮਿਲਦੀਆਂ ਜੁਲਦੀਆਂ ਸਨ। ਪੁਰਸਕੂਨ ਜਗ੍ਹਾ ਹੈ ਯਹਾਂ ਪੇ, ਇਤਮਨਾਨ ਔਰ ਸਕੂਨ ਕੀ ਇੱਕ ਦੌਲਤ ਹੈ ਜੋ ਯਹਾਂ ਪੇ ਹੈ। ਔਰ ਦੂਸਰਾ ਯੇ ਕਿ ਇੱਕ ਆਪਸੀ ਭਾਈਚਾਰੇ ਕਾ ਇੱਕ ਰਾਸਤਾ ਹੈ ਬਹੁਤ ਬੜਾ ਜੋ ਖੁੱਲ੍ਹਾ ਹੈ। ਇਸ ਤਰ੍ਹਾਂ ਕੀ ਜਗ੍ਹਾ ਹੋਣੀ ਚਾਹੀਏ ਕਿ ਪਤਾ ਚਲੇ ਕਿ ਹਮ ਲੋਕ ਜੋ ਹੈ ਵੋ ਇੱਕ ਦੂਸਰੇ ਸੇ ਮੁਹੱਬਤ, ਇੱਕ ਦੂਸਰੇ ਸੇ ਪਿਆਰ, ਇੱਕ ਦੂਸਰੇ ਸੇ ਭਾਈਚਾਰਾ ਰੱਖਤੇ ਹੈ। ਤੇਰਾ ਨਾਨਕ ਮੇਰਾ ਨਾਨਕ, ਭਾਵੀਂ ਜਗ ਤੇ ਫੇਰਾ ਨਾਨਕ, ਸਭ ਦੀ ਆਸ ਤੇ ਬੂਰ ਪਿਆਏ, ਸਭ ਦੀ ਆਸ ਤੇ ਬੂਰ ਪਿਆਏ, ਜਗ ਮਗ ਹੋਇਆ ਡੇਰਾ ਨਾਨਕ। ਤੇਰਾ ਨਾਨਕ ਮੇਰਾ ਨਾਨਕ, ਭਾਵੀਂ ਜਗ ਤੇ ਫੇਰਾ ਨਾਨਕ। ਜਗਬਾਣੀ ਅਤੇ ਦਰਸ਼ਨ ਟੀ ਵੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਰਣਦੀਪ ਸਿੰਘ ਤਹਿ ਦਿਲੋਂ ਸਵਾਗਤ ਕਰਦਾ। ਪਿਆਰ ਦਰਸ਼ਕੋ, ਅੱਜ ਅਸੀਂ ਪਹੁੰਚੇ ਹਾਂ ਗੁਰੂ ਨਾਨਕ ਸਾਹਿਬ ਜੀ ਦੀ ਚਰਨ ਛੋਹ ਧਰਤੀ ਸ਼੍ਰੀ ਕਰਤਾਰਪੁਰ ਸਾਹਿਬ ਵਿਖੇ। ਕਰਤਾਰਪੁਰ ਸਾਹਿਬ ਜਿਸ ਦੇ ਦਰਸ਼ਨਾਂ ਲਈ ਹਰ ਸਿੱਖ ਦੇ ਮਨ ਵਿੱਚ ਤਾਂਘ ਹੁੰਦੀ ਹੈ, ਕੇਵਲ ਸਿੱਖ ਹੀ ਨਹੀਂ, ਇਸ ਪਾਵਨ ਪਵਿੱਤਰ ਮੁਕੱਦਸ ਧਰਤੀ 'ਤੇ ਪਾਕਿਸਤਾਨ ਦੇ ਵਿੱਚੋਂ ਮੁਸਲਮਾਨ ਵੀਰ ਅਤੇ ਭੈਣਾਂ ਵੀ ਇਸ ਧਰਤੀ ਦੇ ਸਜਦਾ ਕਰਨ ਵਾਸਤੇ ਪਹੁੰਚਦੇ ਨੇ। ਤੁਹਾਨੂੰ ਇੱਕ ਬਹੁਤ ਖੂਬਸੂਰਤ ਤਸਵੀਰ ਦਿਖਾਉਂਦੇ ਹਾਂ ਇਸ ਪਾਵਨ ਪਵਿੱਤਰ ਸਥਾਨ 'ਤੇ, ਜਿੱਥੇ ਅੱਜ ਚੜ੍ਹਦੇ ਪੰਜਾਬ ਤੋਂ ਬਹੁਤ ਸਾਰੇ ਲੋਕ, ਬਹੁਤ ਸਾਰੀ ਸੰਗਤ ਨਤਮਸਤਕ ਹੋਣ ਦੇ ਲਈ ਪਹੁੰਚੀ ਹੈ। ਉੱਥੇ ਤੁਸੀਂ ਦੇਖ ਸਕਦੇ ਹੋ ਇਹ ਬਹੁਤ ਸਾਰੀਆਂ ਲੜਕੀਆਂ, ਬਹੁਤ ਸਾਰੀਆਂ ਕੁੜੀਆਂ ਨੇ ਜੋ ਇਸ ਪਾਵਨ ਪਵਿੱਤਰ ਸਥਾਨ 'ਤੇ ਮੁਕੱਦਸ ਹੋਣ ਦੇ ਲਈ ਪਹੁੰਚੀਆਂ ਨੇ। ਕਿੱਥੋਂ ਆਏ ਨੇ ਇਹ, ਅਸੀਂ ਇਹਨਾਂ ਤੋਂ ਜਾਣਕਾਰੀ ਹਾਸਲ ਕਰਾਂਗੇ। ਇਹ ਕੀ ਸੋਚਦੇ ਨੇ ਸਿੱਖਾਂ ਬਾਰੇ, ਗੁਰੂ ਨਾਨਕ ਸਾਹਿਬ ਦੇ ਧਾਰਮਿਕ ਸਥਾਨਾਂ ਬਾਰੇ ਕੀ ਜਾਣਦੇ ਨੇ, ਸਾਰੀ ਜਾਣਕਾਰੀ ਇਹਨਾਂ ਤੋਂ ਹਾਸਲ ਕਰਦੇ ਹਾਂ। ਸਵਾਗਤ ਹੈ ਜੀ ਤੁਹਾਡਾ। ਤੁਹਾਡਾ ਨਾਮ ਕੀ ਹੈ ਅਤੇ ਇਹ ਜਿਹੜੇ ਬੱਚੇ ਆਏ ਨੇ ਕਿਸੇ ਸਕੂਲ ਤੋਂ ਨੇ, ਕਾਲਜ ਤੋਂ ਨੇ? ਮੇਰਾ ਨਾਮ ਡਾਕਟਰ ਨਿਕਤ ਨਾਹੀਦ, ਮੈਂ ਪ੍ਰਿੰਸੀਪਲ ਗੌਰਮੈਂਟ ਡਿਗਰੀ ਕਾਲਜ ਫਾਰ ਵੂਮੈਨ ਅਲੀਪੁਰ ਚੱਠਾ ਤੋਂ ਆਏ ਹਾਂ। ਅਸੀਂ ਟੂਰ ਲੈ ਕੇ ਆਏ ਹਾਂ ਇਹਨਾਂ ਬੱਚਿਆਂ ਦਾ, ਇਹ ਫਸਟ ਈਅਰ, ਸੈਕਿੰਡ ਈਅਰ, ਥਰਡ ਈਅਰ ਅਤੇ ਫੋਰਥ ਈਅਰ ਦੀਆਂ ਤਾਲਿਬਾਤ ਨੇ ਔਰ ਇਸ ਸਬਜੈਕਟ ਪੰਜਾਬੀ ਵੀ ਪੜ੍ਹਦੀਆਂ ਨੇ। ਇੱਥੇ ਆ ਕੇ ਟੂਰ ਕਿਉਂ ਅਸੀਂ ਪਲੈਨ ਕੀਤਾ, ਕਰਤਾਰਪੁਰ ਸਾਹਿਬ ਦਾ ਟੂਰ ਇਸ ਵਾਸਤੇ ਪਲੈਨ ਕੀਤਾ ਕਿ ਅਸੀਂ ਚਾਹੁੰਦੇ ਸਾਂ ਕਿ ਸਾਡੇ ਬੱਚਿਆਂ ਨੂੰ ਪਤਾ ਚੱਲੇ ਕਿ ਹਿਸਟਰੀ ਜਿਹੜੀ ਹੈ ਨਾ ਉਹ ਸਿੱਖਾਂ ਨੂੰ ਅਤੇ ਮੁਸਲਮਾਨਾਂ ਨੂੰ ਕਿਸ ਤਰ੍ਹਾਂ ਜਿਹੜਾ ਨਾ ਉਹਨਾਂ ਦਾ ਇੰਟਰੈਕਸ਼ਨ ਹੋਵੇ ਅਤੇ ਅਸੀਂ ਇੱਕ ਹੋ ਸਕਦੇ ਹਾਂ। ਪੰਜਾਬ ਦੀ ਜਿਹੜੀ ਤਾਰੀਖ ਹੈ ਅਗਰ ਉਹ ਪੜ੍ਹੀਏ ਤਾਂ ਸਾਡਾ ਬਹੁਤ ਅਰਸਾ ਜਿਹੜਾ ਹੈ ਨਾ ਇਕੱਠੇ ਗੁਜ਼ਰਿਆ। ਸਾਡੀ ਇੱਥੇ ਜਿਹੜੀ ਸਕਾਫਤ ਹੈ, ਸਾਡਾ ਉੱਠਣਾ ਬੈਠਣਾ, ਸਾਡੇ ਰਸਮੋ ਰਿਵਾਜ਼, ਸਾਡੇ ਰਕਸ, ਸਾਡੇ ਲੋਕ ਗੀਤ ਬਹੁਤ ਮਿਲਦੇ ਜੁਲਦੇ ਨੇ। ਇਸ ਦਫਾ ਬਲਕਿ ਮੈਂ ਆਪਣੇ ਕਾਲਜ ਵਿੱਚ ਇੱਕ ਸਕਾਫਤੀ ਪ੍ਰੋਗਰਾਮ ਪਲੈਨ ਕੀਤਾ ਸੀ ਜਿੱਥੇ ਸਾਡੀ ਥੀਮ ਸੀ ਪੰਜਾਬੀ ਥੀਮ। ਉੱਥੇ ਜਦੋਂ ਅਸੀਂ ਲੋਕ ਰਕਸ ਵੇਖਿਆ ਅਤੇ ਸਾਡੀ ਅਤੇ ਪੰਜਾਬ ਦੇ ਮੁਸਲਮਾਨਾਂ ਦੀ ਅਤੇ ਪੰਜਾਬ ਦੇ ਸਿੱਖਾਂ ਦੀ ਤਮਾਮ ਰਵਾਇਤ ਜਿਹੜੀਆਂ ਨੇ ਬਹੁਤ ਮਿਲਦੀਆਂ ਜੁਲਦੀਆਂ ਸਨ। ਉਸ ਚੀਜ਼ ਨੂੰ ਅਸੀਂ ਬਹੁਤ ਇੰਜੋਏ ਕੀਤਾ। ਉਸ ਤੋਂ ਬਾਅਦ ਅਸੀਂ ਟੂਰ ਪਲੈਨ ਕੀਤਾ ਅਤੇ ਮੇਰੇ ਜ਼ਿਹਨ 'ਚ ਆਇਆ ਕਿ ਅਸੀਂ ਜਿਹੜੇ ਨੇ ਕਰਤਾਰਪੁਰ ਗੁਰਦੁਆਰਾ ਜਾਈਏ, ਉੱਥੇ ਜਾ ਕੇ ਬੱਚਿਆਂ ਨੂੰ ਦੱਸੀਏ ਕਿ ਹਿਸਟਰੀ ਕੀ ਹੈ। ਜਦੋਂ ਅਸੀਂ ਵੇਖਦੇ ਹਾਂ ਕਿ ਇੰਡੀਆ ਦਾ ਪੰਜਾਬ ਉੱਧਰ ਨਜ਼ਰ ਆਉਂਦਾ ਹੈ ਅਤੇ ਸਾਡਾ ਪੰਜਾਬ ਇੱਧਰ ਨਜ਼ਰ ਆਉਂਦਾ ਹੈ। ਬਿਲਕੁਲ, ਆਪਾਂ ਗੱਲ ਨੂੰ ਜਾਰੀ ਰੱਖਦੇ ਹਾਂ। ਜੇਕਰ 47 ਦੀ ਵੰਡ ਦੀ ਗੱਲ ਕਰੀਏ, 47 ਦੀ ਵੰਡ ਵੇਲੇ ਬਹੁਤ ਸਾਰਾ ਪੰਜਾਬੀਆਂ ਦੇ ਨੁਕਸਾਨ ਹੋਇਆ। ਇੱਕ ਲਕੀਰ ਵਾਹ ਦਿੱਤੀ ਗਈ, ਭਾਵੇਂ ਕਿ ਉਸ ਲਕੀਰ ਨੇ ਦੋ ਧਰਤੀਆਂ ਨੂੰ ਅਲੱਗ ਕਰਨ ਦੀ ਕੋਸ਼ਿਸ਼ ਕੀਤੀ, ਪਰ ਲੋਕਾਂ ਦੇ ਦਿਲਾਂ ਨੂੰ ਉਹ ਅਲੱਗ ਨਹੀਂ ਕਰ ਸਕੀ। ਅੱਜ ਵੀ ਲੋਕ ਇੱਕ ਦੂਜੇ ਨਾਲ ਜੁੜੇ ਹੋਏ ਨੇ। ਜੇਕਰ ਮੈਂ ਆਪਣੇ ਪਰਿਵਾਰ ਦੀ ਗੱਲ ਕਰਾਂ, ਸਾਡਾ ਪਰਿਵਾਰ ਵੀ ਇਸ ਪਾਸੇ ਤੋਂ ਹੀ ਉੱਜੜ ਕੇ ਗਿਆ ਸੀ ਚੜ੍ਹਦੇ ਪੰਜਾਬ ਦੇ ਵਿੱਚ। ਲੋਕਾਂ ਦੇ ਮਨ ਵਿੱਚ ਅੱਜ ਵੀ ਦਰਦ ਹੈ ਕਿ ਇਹ ਜਿਹੜੇ ਬੱਚੇ ਨੇ ਜਿਨ੍ਹਾਂ ਨੂੰ ਤੁਸੀਂ ਲੈ ਕੇ ਆਏ ਹੋ, ਇਹ ਉਸ ਦਰਦ ਨੂੰ ਮਹਿਸੂਸ ਕਰਦੇ ਨੇ, ਕੀ ਜਾਣਦੇ ਨੇ ਇਹ ਸਿੱਖਾਂ ਬਾਰੇ? ਸਿੱਖਾਂ ਦੇ ਬਾਰੇ 'ਚ ਇਹਨਾਂ ਨੂੰ ਜ਼ਿਆਦਾ ਇਨਫੋਰਮੇਸ਼ਨ ਜਿਹੜੇ ਨੇ ਅਸੀਂ ਨਹੀਂ ਦੇ ਸਕੇ। ਅਤੇ ਇਹਨਾਂ ਨੂੰ ਇੱਥੇ ਲਿਆਉਣ ਦਾ ਮਕਸਦ ਇਹ ਸੀ ਕਿ ਅਸੀਂ ਇਹਨਾਂ ਨੂੰ ਉਹ ਚੀਜ਼ਾਂ ਦੱਸੀਏ ਕਿ ਜਿਹੜੇ ਸਾਡੇ ਦਰਮਿਆਨ ਕਾਮਨ ਨੇ।
ਮੈਂ ਜਦੋਂ ਇਹਨਾਂ ਇੰਟਰੋਡਕਸ਼ਨ ਕਰਵਾ ਰਹੀ ਸਾਂ ਬਾਬਾ ਗੁਰੂ ਨਾਨਕ ਸਾਹਿਬ ਦਾ, ਅਤੇ ਮੈਨੂੰ ਇਹ ਮਹਿਸੂਸ ਹੋਇਆ ਕਿ ਉਹਨਾਂ ਦੀ ਸੋਚ ਅਤੇ ਉਹਨਾਂ ਦਾ ਅਕੀਦਾ ਅਤੇ ਸਾਡੀ ਸੋਚ ਅਤੇ ਸਾਡਾ ਅਕੀਦਾ ਤਕਰੀਬਨ ਇੱਕ ਜੈਸੇ। ਮੈਨੂੰ ਮਹਿਸੂਸ ਹੋਇਆ ਕਿ ਉਹ ਵੀ ਜਿਹੜੇ ਨੇ ਖੁਦਾ ਦੀ ਵਾਹਦਾਨੀਅਤ ਯਕੀਨ ਰੱਖਦੇ ਨੇ ਅਤੇ ਅਸੀਂ ਵੀ ਖੁਦਾ ਦੀ ਵਾਹਦਾਨੀਅਤ ਯਕੀਨ ਰੱਖਦੇ ਹਾਂ। ਉਹ ਵੀ ਹਜ਼ੂਰ ਪਾਕ ਸੱਲੱਲਾਹੁ ਅਲੈਹਿ ਵਸੱਲਮ ਨੂੰ ਤਸਲੀਮ ਕਰਦੇ ਸਨ ਅਤੇ ਅਸੀਂ ਉਹਨਾਂ 'ਤੇ ਈਮਾਨ ਰੱਖਦੇ ਹਾਂ। ਅਤੇ ਮੇਰਾ ਤਾਂ ਪੈਗਾਮ ਇਹ ਹੀ ਹੈ ਕਿ ਜਿਹੜੀ ਸਾਡੇ ਦਰਮਿਆਨ ਕੋਮਨ ਚੀਜ਼ਾਂ ਨੇ ਅਸੀਂ ਉਹਨਾਂ ਨੂੰ ਜਿਹੜਾ ਨਾ ਜ਼ਿਆਦਾ ਸਾਹਮਣੇ ਲਿਆਈਏ, ਅੱਗੇ ਲਿਆਈਏ, ਅਤੇ ਜਿਹੜੀਆਂ ਚੀਜ਼ਾਂ ਜਿਹੜੀਆਂ ਇਖਤਲਾਫ ਪੈਦਾ ਕਰਦੀਆਂ ਨੇ ਉਹਨਾਂ ਨੂੰ ਪਿੱਛੇ ਰੱਖ ਦਈਏ। ਬਿਲਕੁਲ, ਅਸੀਂ ਜਿਹੜੇ ਇੱਥੇ ਸਟੂਡੈਂਟਸ ਨੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਬਹੁਤ ਸੋਹਣੀ ਪੰਜਾਬੀ ਬੋਲਦੇ ਨੇ, ਤੁਸੀਂ ਮਹਿਸੂਸ ਕਰ ਹੀ ਲਿਆ ਹੋਏਗਾ, ਚੜ੍ਹਦੇ ਪੰਜਾਬ ਵਾਲੇ ਪੰਜਾਬੀ ਅਤੇ ਇੱਧਰਲੇ ਪੰਜਾਬੀ ਲਗਭਗ ਇੱਕੋ ਜਿਹੇ ਨੇ, ਕੋਈ ਫਰਕ ਨਹੀਂ ਲੱਗਦਾ। ਬਹੁਤ ਆਨੰਦ ਮਹਿਸੂਸ ਹੁੰਦਾ ਹੈ। ਆਪਾਂ ਗੱਲਬਾਤ ਕਰਦੇ ਹਾਂ ਜਿਹੜੀਆਂ ਇੱਥੇ ਲੜਕੀਆਂ ਨੇ, ਭਾਵੇਂ ਕਿ ਕੁਝ ਘਬਰਾ ਕੇ ਪਿੱਛੇ ਚਲੇ ਗਈਆਂ ਨੇ, ਤੁਸੀਂ ਅੱਗੇ ਆ ਜਾਓ, ਆਪਾਂ ਗੱਲਬਾਤ ਕਰਦੇ ਹਾਂ ਪੰਜਾਬੀ ਦੇ ਵਿੱਚ ਗੱਲ ਕਰਾਂਗੇ। ਤੁਸੀਂ ਅੱਜ ਕਰਤਾਰਪੁਰ ਸਾਹਿਬ ਆਏ ਹੋ, ਗੁਰੂ ਨਾਨਕ ਸਾਹਿਬ ਦਾ ਇਹ ਅਸਥਾਨ ਹੈ ਅਤੇ ਬਹੁਤ ਸਾਰੀ ਜਾਣਕਾਰੀ ਹਾਸਿਲ ਹੋਈ ਹੋਏਗੀ, ਕੀ ਜਾਣਿਆ ਇੱਥੇ ਆ ਕੇ? ਇੱਥੇ ਆ ਕੇ ਇਹੀ ਮੈਨੂੰ ਤਾਂ ਇੱਥੇ ਆ ਕੇ ਬਹੁਤ ਹੀ ਜ਼ਿਆਦਾ ਮਜ਼ਾ ਆਇਆ, ਕਿਉਂਕਿ ਇੱਥੇ ਦੇ ਲੋਕਾਂ ਨੂੰ ਵੇਖਿਆ, ਉਹਨਾਂ ਨੂੰ ਉਹਨਾਂ ਦੀ ਪੰਜਾਬੀ ਬੋਲਦਿਆਂ ਵੇਖਿਆ, ਅਤੇ ਮੈਨੂੰ ਤਾਂ ਬਹੁਤ ਹੀ ਮਜ਼ਾ ਆਇਆ। ਉਸ ਤੋਂ ਵੱਡੀ ਗੱਲ ਇਹ ਸੀ ਕਿ ਪ੍ਰਿੰਸੀਪਲ ਦਾ ਜ਼ਿਆਦਾ ਸ਼ੁਕਰਗੁਜ਼ਾਰ ਹਾਂ ਕਿ ਉਹਨਾਂ ਸਾਨੂੰ ਕਰਤਾਰਪੁਰ ਵੇਖਣ ਦਾ ਇੱਕ ਮੌਕਾ ਪਾਇਆ। ਇਹਨੂੰ ਵੇਖ ਕੇ ਇੱਕ ਬਹੁਤ ਜ਼ਿਆਦਾ ਬਹੁਤ ਸੋਹਣੀ ਵਾਰੀ ਹਿਸਟਰੀ ਸਾਹਮਣੇ ਆਈ ਹੈ। ਇਹ ਮਾਸ਼ਾਅੱਲਾ ਬਹੁਤ ਹੀ ਖੂਬਸੂਰਤ ਹੈ, ਅਤੇ ਇੱਥੇ ਆ ਕੇ ਮੈਂ ਤਾਂ ਬਹੁਤ ਹੀ ਇੰਜੋਏ ਕੀਤਾ। ਉਸ ਤੋਂ ਜ਼ਿਆਦਾ ਮੈਨੂੰ ਇੱਥੇ ਦੀ ਪੰਜਾਬੀਆਂ ਦੀ ਪੰਜਾਬੀ ਸੁਣਨ ਦਾ ਬਹੁਤ ਹੀ ਮਜ਼ਾ ਆਇਆ। ਇੱਕ ਸਵਾਲ ਮੇਰੇ ਮਨ 'ਚ ਹਮੇਸ਼ਾ ਉੱਠਦਾ ਹੈ, ਜਦੋਂ ਵੀ ਕੋਈ ਸਿੱਖ ਤੁਹਾਡੀ ਨਜ਼ਰ ਦੇ ਵਿੱਚ ਸਾਹਮਣੇ ਆਉਂਦਾ, ਸਭ ਤੋਂ ਪਹਿਲਾਂ ਤੁਹਾਡੇ ਮਨ 'ਚ ਕੀ ਵਿਚਾਰ ਆਉਂਦਾ, ਕੀ ਭਾਵਨਾ ਆਉਂਦੀ ਹੈ ਵੀ ਕਿਹੋ ਜਿਹੇ ਲੋਕ ਨੇ, ਕਿੱਦਾਂ ਦੇ ਨੇ, ਕਿਹੋ ਜਿਹੀ ਕੌਮ ਹੈ? ਮੈਨੂੰ ਤਾਂ ਪਹਿਲਾਂ ਮੇਰਾ ਐਕਸਪੀਰੀਅੰਸ ਆਇਆ ਸੀ ਇੱਥੇ ਵੇਖ ਕੇ, ਮੈਨੂੰ ਤਾਂ ਸੋਹਣੇ ਬਹੁਤ ਲੱਗੇ ਸਨ, ਅਤੇ ਉਹਨਾਂ ਨਾਲ ਗੱਲਬਾਤ ਕਰਕੇ ਸੈਲਫੀ ਲੈਣ ਦਾ ਬਹੁਤ ਹੀ ਮਜ਼ਾ ਆਇਆ। ਤੁਹਾਡੇ ਮਨ ਵਿੱਚ ਕੀ ਵਿਚਾਰ ਆਉਂਦਾ ਜਦੋਂ ਵੀ ਕੋਈ ਸਰਦਾਰ, ਕਿਉਂਕਿ ਮਹਾਰਾਜਾ ਰਣਜੀਤ ਸਿੰਘ ਸ਼ੇਰੇ ਪੰਜਾਬ ਕਿਹਾ ਜਾਂਦਾ ਉਹਨਾਂ ਨੂੰ, ਜੇਕਰ ਚੜ੍ਹਦੇ ਪੰਜਾਬ ਦੀ ਗੱਲ ਕਰੀਏ, ਬਹੁਤ ਵੱਡੇ ਮਹਾਰਾਜਾ ਹੋਏ ਸਨ ਜਿਨ੍ਹਾਂ ਨੂੰ, ਜਿਨ੍ਹਾਂ ਦੇ ਅੱਜ ਵੀ ਕਿਤਾਬਾਂ ਦੇ ਵਿੱਚ ਵੀ ਪੜ੍ਹਾਇਆ ਜਾਂਦਾ, ਤੁਹਾਡੇ ਵਿੱਚੋਂ ਕੋਈ ਉਹਨਾਂ ਬਾਰੇ ਜਾਣਦਾ? ਜਾਣਦੇ ਤਾਂ ਹਾਂ, ਲੇਕਿਨ ਬੜਾ ਮਜ਼ਾ ਆਇਆ ਇੱਥੇ ਆ ਕੇ। ਮੈਂ ਇਸ ਜ਼ਿੰਦਗੀ ਦਾ ਪਹਿਲਾ ਟੂਰ ਹੈ ਜਿਹਨੂੰ ਭੁੱਲ ਨਹੀਂ ਸਕਦੀ। ਬਹੁਤ ਮਜ਼ਾ ਆਇਆ ਇੱਥੇ ਦੇ ਲੋਕਾਂ ਨਾਲ ਮਿਲ ਕੇ, ਤਸਵੀਰਾਂ ਬਣਾ ਕੇ। ਬਹੁਤ ਅੱਛੇ ਲੋਕ ਨੇ, ਲੇਕਿਨ ਜੈਸਾ ਮਤਲਬ ਪਹਿਲੇ ਸਨ, ਸੁਣਦੇ ਸਨ, ਬੱਚੇ ਸਨ, ਨਹੀਂ ਸਾ ਪਤਾ ਚੱਲਦੀ, ਲੇਕਿਨ ਅੱਜ ਮਿਲ ਕੇ ਪਤਾ ਚੱਲਿਆ ਕਿ ਬਹੁਤ ਅੱਛੇ ਲੋਕ ਨੇ। ਮਹਾਰਾਜਾ ਹਰੀਤ ਸਿੰਘ ਦੇ ਬਾਰੇ 'ਚ ਮੈਂ ਕੁਛ ਜਾਣਦੀ ਹਾਂ। ਉਹ ਛੋਟੀ ਜਿਹੀ ਉਮਰ 'ਚ ਹੀ ਨਾ ਉਹਨਾਂ ਬਹੁਤ ਕੁਛ ਮਤਲਬ ਵੱਡੇ ਵੱਡੇ ਕੰਮ ਕਰਨਾ ਸ਼ੁਰੂ ਕਰ ਦਿੱਤੇ ਸਨ। ਉਹਨਾਂ ਛੋਟੀ ਜਿਹੀ ਉਮਰ ਵਿੱਚ ਐਸੇ ਕਾਰਨਾਮੇ ਸਰ ਅੰਜਾਮ ਦਿੱਤੇ ਸਨ ਜਿਹੜਾ ਇੱਕ ਵੱਡਾ ਮਹਾਰਾਜਾ ਸਰ ਅੰਜਾਮ ਦਿੰਦਾ ਸੀ। ਉਹਨਾਂ ਨਿੱਕੀ ਜਿਹੀ ਉਮਰ 'ਚ ਇੰਨਾ ਕੁਛ ਮਤਲਬ ਜਿਸ ਤਰ੍ਹਾਂ ਖੇਡ ਦੇ ਬਾਰੇ 'ਚ ਕਿਹਾ ਜਾਏ ਤਾਂ ਉਹਨਾਂ ਖੇਡ ਦੇ ਬਾਰੇ 'ਚ ਮੈਂ ਉਹਨਾਂ ਦਾ ਡਰਾਮਾ ਵੀ ਵੇਖਣਾ ਬਹੁਤ ਪਸੰਦ ਕਰਦੀ ਸੀ। ਉਹਨਾਂ ਖੇਡ ਦੇ ਜ਼ਰੀਏ ਇੱਕ ਐਸਾ ਵੱਡਾ ਆਪਣੇ ਸਾਧੀਆਂ ਨੂੰ ਵੀ ਬਹੁਤ ਹੀ ਅੱਛਾ ਕਾਰਨਾਮਾ ਸਰ ਅੰਜਾਮ ਵਹਾਇਆ ਕਿ ਅਸੀਂ ਇਹਦੇ ਜ਼ਰੀਏ ਬਹੁਤ ਕੁਛ ਹੀ ਸਿੱਖ ਸਕਦੇ ਹਾਂ, ਕਰ ਸਕਦੇ ਹਾਂ, ਅਤੇ ਮੈਨੂੰ ਮਹਾਰਾਜਾ ਹਰੀਤ ਸਿੰਘ ਵੀ ਬਹੁਤ ਹੀ ਅੱਛੇ ਲੱਗਦੇ। ਆਪਾਂ ਹੋਰ ਵੀ ਗੱਲਬਾਤ ਕਰਦੇ ਹਾਂ, ਕੋਸ਼ਿਸ਼ ਕਰਦੇ ਹਾਂ, ਤੁਹਾਡੇ ਵਿੱਚੋਂ ਕੌਣ ਗੱਲ ਕਰਨਾ ਚਾਹੇਗਾ? ਤੁਸੀਂ ਗੱਲ ਕਰਨਾ ਚਾਹੋਗੇ? ਹਾਂਜੀ, ਤੁਹਾਡੇ ਨਾਲ ਗੱਲ ਕਰਦੇ ਹਾਂ ਜੀ, ਤੁਹਾਡੇ ਨਾਲ ਗੱਲ ਕਰਦੇ ਹਾਂ। ਤੁਸੀਂ ਕੀ ਜਾਣਦੇ ਹੋ ਇੱਥੇ ਆਏ ਹੋ ਅੱਜ, ਚੜ੍ਹਦੇ ਪੰਜਾਬ ਦੀ ਅਤੇ ਲਹਿੰਦੇ ਪੰਜਾਬ ਦੀ ਗੱਲ ਕਰੀਏ? ਇਹ ਲਹਿੰਦਾ ਪੰਜਾਬ ਹੈ ਕਰਤਾਰਪੁਰ ਸਾਹਿਬ ਦੀ ਧਰਤੀ ਜਿੱਥੇ ਅਸੀਂ ਖੜ੍ਹੇ ਹਾਂ, ਅਸੀਂ ਆਏ ਹਾਂ ਚੜ੍ਹਦੇ ਪੰਜਾਬ ਤੋਂ। ਤੁਹਾਨੂੰ ਕੀ ਲੱਗਦਾ ਹੈ, ਕੋਈ ਫਰਕ ਹੈ ਚੜ੍ਹਦੇ ਅਤੇ ਲਹਿੰਦੇ ਪੰਜਾਬ ਦੇ ਵਿੱਚ? ਹਾਂਜੀ, ਇੱਥੇ ਆਇਆ ਸਾਨੂੰ ਬਹੁਤ ਕੁਛ ਪਤਾ ਚੱਲਿਆ, ਜਿਹੜੀਆਂ ਚੀਜ਼ਾਂ ਦਾ ਸਾਨੂੰ ਨਹੀਂ ਪਤਾ ਸੀ ਅੱਜ ਸਾਨੂੰ ਬਹੁਤ ਕੁਛ ਪਤਾ ਚੱਲਿਆ। ਬਹੁਤ ਖੁਸ਼ੀ ਹੋਈ ਹੈ, ਕੁਛ ਸਾਡੀਆਂ ਮਹਿਮਾਂ ਨੇ ਸਾਡੇ ਨਾਲ ਬਹੁਤ ਸਲੂਕ ਅੱਛਾ ਕੀਤਾ ਹੈ, ਕੁਛ ਅਸੀਂ ਇੱਥੇ ਆਏ ਹਾਂ ਜਦੋਂ ਸਾਡੇ ਨਾਲ ਮੁਲਾਕਾਤ ਇਹਨਾਂ ਦੀ ਹੋਈ ਹੈ ਸਾਡਾ ਦਿਲ ਹੋਰ ਬਾਗ ਬਾਗ ਹੋ ਗਿਆ। ਉਸ ਤੋਂ ਬਾਅਦ ਆਉਂਦਿਆਂ ਹੀ ਇਹਨਾਂ ਸਾਡੇ ਨਾਲ ਇੰਨਾ ਅੱਛਾ ਸਲੂਕ ਕੀਤਾ ਹੈ, ਇੰਨੇ ਅੱਛੇ ਅੰਦਾਜ਼ ਨਾਲ ਸਾਡਾ ਵੈਲਕਮ ਕੀਤਾ ਹੈ ਕਿ ਕਦੀ ਵੀ ਅਸੀਂ ਇਸ ਜਗ੍ਹਾ ਨੂੰ ਕਦੀ ਨਹੀਂ ਭੁੱਲ ਸਕਾਂਗੇ, ਕਿਉਂਕਿ ਇਸ ਜਗ੍ਹਾ 'ਤੇ ਆ ਕੇ ਸਾਨੂੰ ਉਹ ਚੀਜ਼ਾਂ ਵੀ ਭੁੱਲ ਗਈਆਂ ਜਿਹੜੇ ਕਦੀ ਅਸੀਂ ਗਏ ਸਾਂ, ਲੇਕਿਨ ਅੱਜ ਇੱਥੇ ਆ ਕੇ ਬਹੁਤ ਸਕੂਨ ਮਿਲਿਆ ਹੈ। ਇਸ ਤੋਂ ਪਹਿਲਾਂ ਕਦੇ ਕਿਸੇ ਗੁਰਦੁਆਰੇ ਗਏ ਹੋ ਤੁਸੀਂ? ਨਹੀਂ, ਅਸੀਂ ਨਹੀਂ ਗਏ, ਲੇਕਿਨ ਇਹਦਾ ਬਹੁਤ ਸੁਣਿਆ ਸੀ ਅਤੇ ਅਸੀਂ ਇੱਥੇ ਆ ਗਏ ਹਾਂ। ਅਤੇ ਮੇਰੀ ਗੁਜ਼ਾਰਿਸ਼ ਹੈ ਕਿ ਹੋਰ ਵੀ ਆਉਣ, ਇੱਥੇ ਬਹੁਤ ਕੁਛ ਸਿੱਖਣ ਵਾਸਤੇ ਮਿਲੇਗਾ ਇਹਨਾਂ ਨੂੰ, ਬਹੁਤ 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 ਅੱਛੇ ਲੋਕ ਇਹਨਾਂ ਨੂੰ ਮਿਲਣਗੇ ਇੱਥੇ, ਅਤੇ ਮੇਰਾ ਇਹ ਹੀ ਹੈ ਕਿ ਸਾਰੇ ਆਉਣ ਔਰ ਇੱਥੇ ਬਹੁਤ ਜੀਆਂ ਚੀਜ਼ਾਂ ਸਿੱਖਣ। ਧੰਨਵਾਦ ਤੁਹਾਡਾ। ਤੁਸੀਂ ਕੁਝ ਕਹਿਣਾ ਚਾਹੁੰਦੇ ਹੋ? ਮੈਨੂੰ ਲੱਗਦਾ ਚੜ੍ਹਦੇ ਪੰਜਾਬ ਅਤੇ ਲਹਿੰਦੇ ਪੰਜਾਬ ਦੀ ਆਪਸੀ ਮੁਹੱਬਤ ਦੀ ਆਪਾਂ ਗੱਲ ਕਰ ਰਹੇ ਹਾਂ। ਬਹੁਤ ਸਾਰੀਆਂ ਇਹ ਲੜਕੀਆਂ ਨੇ ਜਿਨ੍ਹਾਂ ਨਾਲ ਆਪਾਂ ਗੱਲਬਾਤ ਕੀਤੀ ਹੈ, ਪਹਿਲੀ ਵਾਰ ਇਹ ਕਰਤਾਰਪੁਰ ਸਾਹਿਬ ਦੇ ਇਸ ਸਥਾਨ 'ਤੇ ਆਏ ਨੇ, ਆਪਸੀ ਮੁਹੱਬਤ ਵੱਧ ਰਹੀ ਹੈ ਕਿਉਂਕਿ ਚੜ੍ਹਦੇ ਪੰਜਾਬ ਤੋਂ ਕਾਫੀ ਸਾਰੇ ਲੋਕ ਆਏ ਨੇ, ਇੱਧਰੋਂ ਲਹਿੰਦੇ ਤੋਂ ਜਾਂ ਹੋਰ ਪਾਕਿਸਤਾਨ ਦੇ ਵੱਖ ਵੱਖ ਹਿੱਸਿਆਂ ਦੇ ਵਿੱਚੋਂ ਕਾਫੀ ਸਾਰੇ ਲੋਕ ਆਏ ਨੇ ਜਿਨ੍ਹਾਂ ਨਾਲ ਤੁਸੀਂ ਮਿਲੇ ਹੋ, ਕੀ ਐਕਸਪੀਰੀਅੰਸ ਰਿਹਾ ਅੱਜ ਇੱਥੇ? ਡੈਫੀਨੇਟਲੀ ਅੱਛਾ ਹੀ ਲੱਗਿਆ। ਉਹਦੇ ਬਾਅਦ ਨੂੰ ਇਹ ਬਣਾਉਣ ਦਾ ਮਕਸਦ ਇਹ ਸੀ ਕਿ ਅਸੀਂ ਮਤਲਬ ਦੂਜੇ ਮੁਲਕ ਉਹਨਾਂ ਨੂੰ ਇੰਡੀਆ ਵਾਲਿਆਂ ਨੂੰ ਪਤਾ ਲੱਗੇ ਕਿ ਮਤਲਬ ਅਸੀਂ ਅਮਨ ਪਸੰਦ ਹਾਂ, ਅਤੇ
ਤੇ ਹਾਂ ਤੇ ਮਤਲਬ ਮੁਹੱਬਤ ਬੜੇ ਹਮ ਲੋਕ ਕੀ ਔਰ ਹਮੇ ਇਸਸੇ ਪਹਿਲੇ ਪਤਾ ਨਹੀਂ ਥਾ ਕਿ ਕਰਤਾਰਪੁਰ ਮੇਂ ਹੈ ਕਿਆ ਯਹਾਂ ਪਰ ਹਮ ਆਏ ਹੈ ਤੋ ਹਮੇ ਪਤਾ ਚਲਾ ਕਿ ਇੱਕ ਤੋ ਬਾਬਾ ਗੁਰੂ ਨਾਨਕ ਸਾਹਿਬ ਕੀ ਸਮਾਧੀ ਹੈ ਯਹਾਂ ਪੇ ਯਾਨੀ ਵੈਸੇ ਤੋ ਉਨਕੀ ਜੋ ਮੈਯਤ ਥੀ ਵੋ ਤੋ ਗਾਇਬ ਹੋ ਗਈ ਲੇਕਿਨ ਇਹ ਕਿ ਆਸਮਾਨੋ ਪੇ ਚਲੀ ਗਈ ਲੇਕਿਨ ਇਹ ਕਿ ਯਹਾਂ ਪੇ ਉਨਕੇ ਜੋ ਫੂਲ ਥੇ ਜੋ ਚਾਦਰ ਥੇ ਉਸਕੋ ਦਬਾਇਆ ਗਿਆ ਔਰ ਵੋ ਯਹਾਂ ਪੇ ਰੱਖੀ ਹੋਈ ਤੋ ਇੱਕ ਤੋ ਹਮੇ ਇਹ ਪਤਾ ਚਲਾ ਕਿ ਯਹਾਂ ਪੇ ਉਨਕੀ ਸਮਾਧੀ ਹੈ ਔਰ ਦੂਸਰਾ ਇਹ ਕਿ ਪੁਰਸਕੂਨ ਜਗ੍ਹਾ ਹੈ ਯਹਾਂ ਪੇ ਇਤਮਨਾਨ ਔਰ ਸਕੂਨ ਕੀ ਇੱਕ ਦੌਲਤ ਹੈ ਜੋ ਯਹਾਂ ਪੇ ਹੈ ਔਰ ਦੂਸਰਾ ਇਹ ਕਿ ਇੱਕ ਆਪਸੀ ਭਾਈਚਾਰੇ ਕਾ ਇੱਕ ਰਾਸਤਾ ਹੈ ਬਹੁਤ ਬੜਾ ਜੋ ਖੁੱਲ੍ਹਾ ਹੈ ਔਰ ਇਹ ਇਸ ਤਰ੍ਹਾਂ ਕੇ ਹੋਣੇ ਚਾਹੀਏ ਇਸ ਤਰ੍ਹਾਂ ਕੀ ਜਗ੍ਹਾ ਹੋਣੀ ਚਾਹੀਏ ਕਿ ਪਤਾ ਚਲੇ ਕਿ ਹਮ ਲੋਕ ਜੋ ਹੈ ਵੋ ਇੱਕ ਦੂਸਰੇ ਸੇ ਮੁਹੱਬਤ ਇੱਕ ਦੂਸਰੇ ਸੇ ਪਿਆਰ ਇੱਕ ਦੂਸਰੇ ਸੇ ਭਾਈਚਾਰਾ ਰੱਖਤੇ ਹੈ ਔਰ ਸਿੱਖ ਜੋ ਹੈ ਵੋ ਹਮਾਰੇ ਭਾਈ ਹੈ ਔਰ ਹਮ ਉਹਨੇ ਆਪਣੇ ਸੇ ਅਲੱਗ ਨਹੀਂ ਸਮਝਤੇ ਨਾ ਉਨਕੀ ਸਕਾਫਤ ਨਾ ਉਨਕੀ ਤਹਿਜ਼ੀਬ ਨਾ ਉਨਕਾ ਰਹਿਣ ਸਹਿਣ ਜੋ ਹੈ ਵੋ ਸਾਰਾ ਤਕਰੀਬਨ ਹਮਾਰੇ ਜੈਸਾ ਵੋ ਚਾਹੇ ਚੜ੍ਹਦਾ ਪੰਜਾਬ ਹੋਵੇ ਅਤੇ ਭਾਵੇਂ ਜਿਹੜਾ ਹੈ ਲੰਘਦਾ ਪੰਜਾਬ ਹੋਵੇ ਬਹੁਤ ਕਮਾਲ ਦੀ ਗੱਲ ਕੀਤੀ ਇਹਨਾਂ ਨੇ ਚਾਹੇ ਚੜ੍ਹਦਾ ਪੰਜਾਬ ਹੋਵੇ ਜਾਂ ਲਹਿੰਦਾ ਪੰਜਾਬ ਹੋਵੇ ਸਾਰੇ ਇੱਕ ਹੀ ਨੇ ਕੋਈ ਫਰਕ ਨਹੀਂ ਭਾਈ ਇੰਦਰਜੀਤ ਸਿੰਘ ਸਾਡੇ ਨਾਲ ਨੇ ਜੋ ਕਿ ਸਿੱਖ ਆਗੂ ਨੇ ਪਾਕਿਸਤਾਨ ਦੇ ਵਿੱਚ ਇਹਨਾਂ ਦੇ ਵੱਲੋਂ ਸਿੱਖੀ ਦੇ ਪ੍ਰਚਾਰ ਪ੍ਰਸਾਰ ਲਈ ਕਾਫੀ ਯੋਗ ਉਪਰਾਲੇ ਕੀਤੇ ਜਾਂਦੇ ਨੇ ਇਹਨਾਂ ਦਾ ਕੀ ਕਹਿਣਾ ਇਸ ਮੌਕੇ ਦੇ ਅਸੀਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਸ਼ੋਰਟ ਦੇ ਵਿੱਚ ਗੱਲ ਕਰਾਂਗੇ ਆਪਾਂ ਇਹ ਕਾਫੀ ਸਾਰੇ ਬੱਚੇ ਆਏ ਨੇ ਕੁੜੀਆਂ ਨੌਜਵਾਨ ਕੁੜੀਆਂ ਕਾਲਜ ਸਕੂਲ ਦੀਆਂ ਇਹਨਾਂ ਨੂੰ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ ਇੱਥੇ ਪਹੁੰਚ ਕੇ ਕਿੰਨੀ ਕੁ ਸੰਗਤ ਰੋਜ਼ ਆਉਂਦੀ ਇਸ ਤਰ੍ਹਾਂ ਪਾਕਿਸਤਾਨ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਭ ਤੋਂ ਪਹਿਲਾਂ ਤਾਂ ਜੀ ਇਸ ਕਾਲਜ ਦੇ ਪ੍ਰਿੰਸੀਪਲ ਸਾਹਿਬਾ ਡਾਕਟਰ ਨਾਹੀਦ ਸਾਹਿਬਾਂ ਨੂੰ ਜੀ ਆਇਆਂ ਨੂੰ ਵੀ ਕਹਿਣਾ ਔਰ ਧੰਨਵਾਦ ਵੀ ਕਰਦਾ ਕਿ ਉਹ ਆਪਣੀਆਂ ਉਸ ਆਉਣ ਵਾਲੀ ਪੀੜ੍ਹੀ ਨੂੰ ਸਿੱਖੀ ਦੇ ਬਾਰੇ ਦੱਸਣ ਲਈ ਇੱਥੇ ਲੈ ਕੇ ਆਏ ਬਾਬੇ ਨਾਨਕ ਦੀ ਉਸ ਧਰਤੀ 'ਤੇ ਲੈ ਕੇ ਆਏ ਬਾਬੇ ਨਾਨਕ ਦਾ ਜੋ ਫਲਸਫਾ ਹੈ ਸਿੱਖੀ ਦਾ ਜੋ ਫਲਸਫਾ ਹੈ ਉਹਦੇ ਬਾਰੇ 'ਚ ਇਹ ਬੱਚੇ ਇੱਥੇ ਆਏ ਨੇ ਔਰ ਆ ਕੇ ਬਾਬੇ ਨਾਨਕ ਦੀਆਂ ਜੋ ਤਾਲੀਮਾਤ ਨੇ ਬਾਬੇ ਨਾਨਕ ਦਾ ਜੋ ਪ੍ਰਚਾਰ ਹੈ ਪੂਰੀ ਮਨੁੱਖਤਾ ਵਾਸਤੇ ਪੂਰੀ ਇਨਸਾਨੀਅਤ ਵਾਸਤੇ ਉਹਦੇ ਬਾਰੇ 'ਚ ਆ ਕੇ ਜਾਗਰੂਕ ਹੋਏ ਨੇ ਮੈਨੂੰ ਆਪ ਜੀ ਨੂੰ ਦੱਸ ਕੇ ਬੜੀ ਖੁਸ਼ੀ ਹੋ ਰਹੀ ਹੈ ਕਿ ਸਾਡੇ ਜੋ ਪਾਕਿਸਤਾਨ ਸਰਕਾਰ ਦੀ ਤਰਫੋਂ ਉਪਰਾਲਾ ਕੀਤਾ ਗਿਆ ਉਹ ਇਹ ਹੈ ਕਿ ਜੀ 5000 ਸੰਗਤ ਭਾਰਤ ਸਰਕਾਰ ਸਾਨੂੰ ਭੇਜੇਗੀ ਲੇਕਿਨ ਅਨਫੋਰਚੁਨੇਟਲੀ ਕਿਸੇ ਵਜੂਹਾਤ ਦੀ ਬੁਨਿਆਦ 'ਤੇ ਸਾਡੇ ਕੋਲ ਭਾਰਤ ਤੋਂ ਇੰਨੀ ਸੰਗਤ ਨਹੀਂ ਆ ਰਹੀ ਲੇਕਿਨ ਤੁਹਾਨੂੰ ਇਹ ਜਾਣ ਕੇ ਖੁਸ਼ੀ ਹੋਏਗੀ ਕਿ ਜਿਹੜੇ ਸਾਡੇ ਕੋਲ ਸ਼ਰਧਾਲੂ ਪਾਕਿਸਤਾਨ ਸਾਈਡ ਤੋਂ ਬਾਬੇ ਨਾਨਕ ਨੂੰ ਚੁੱਕੇ ਮੰਨਣ ਵਾਲੇ ਸਿਰਫ ਆਪਣੇ ਗੁਰੂ ਨਾਨਕ ਨਾਮ ਲੇਵਾ ਸੰਗਤ ਨਹੀਂ ਹੈ ਮੁਸਲਮਾਨ ਵੀਰ ਮੁਸਲਮਾਨ ਭਾਈਚਾਰਾ ਵੀ ਬਾਬੇ ਨਾਨਕ ਨੂੰ ਬਹੁਤ ਪਿਆਰ ਦੇ ਨਾਲ ਬਹੁਤ ਅਕੀਦਤ ਦੇ ਨਾਲ ਬਹੁਤ ਸਤਿਕਾਰ ਦੇ ਨਾਲ ਜਿਹੜਾ ਨਾ ਉਹ ਮੰਨਦਾ ਸੀ ਔਰ ਮੰਨਦਾ ਹੈ ਸੋ ਰੋਜ਼ਾਨਾ ਦੀ ਬੁਨਿਆਦ ਉੱਪਰ ਥੜ ਸਾਡੇ ਕੋਲ 200-300-400 ਸਾਡੇ ਕੋਲ ਸ਼ਰਧਾਲੂ ਇੰਡੀਆ ਤੋਂ ਆ ਰਹੇ ਨੇ ਭਾਰਤ ਤੋਂ ਆ ਰਹੇ ਨੇ ਲੇਕਿਨ ਇਹਦਾ ਮਲਟੀਪਲਾਈ ਬਾਅਦ 3 ਟਾਈਮ ਕਰੀਏ ਸਾਡੇ ਕੋਲ ਤਕਰੀਬਨ 8-10 ਹਜ਼ਾਰ ਸ਼ਰਧਾਲੂ ਐਵਰੇਜ ਰੋਜ਼ਾਨਾ ਦੀ ਬੁਨਿਆਦ 'ਤੇ ਮੁਸਲਮਾਨ ਵੀਰ ਮੇਰਾ ਕੈਮਰਾਮੈਨ ਅਗਰ ਆਪ ਜੀ ਨੂੰ ਦਿਖਾ ਸਕੇ ਸੰਗਤਾਂ ਨੂੰ ਅੱਜ ਵੀ ਆਪਾਂ ਦੇਖੀਏ ਤਾਂ ਹਰੇਕ ਪਾਸੇ ਸਾਨੂੰ ਮੁਸਲਮਾਨ ਭਾਈਚਾਰਾ ਪਾਕਿਸਤਾਨ ਤੋਂ ਜੋ ਕਿ ਸੰਗਤਾਂ ਨੂੰ ਸਵਾਗਤ ਕਰਨ ਲਈ ਬਾਬੇ ਨਾਨਕ ਨੂੰ ਇੱਥੇ ਆ ਕੇ ਮੱਥਾ ਟੇਕਣ ਵਾਸਤੇ ਇੱਥੇ ਆਇਆ ਹੈ ਸੋ ਸਾਡੇ ਕੋਲ ਕੋਈ ਅੰਕੜੇ ਹੈ ਅੱਜ ਤੱਕ ਜਦੋਂ ਦਾ ਲਾਂਘਾ ਖੁੱਲ੍ਹਿਆ ਹੈ ਕਿੰਨੇ ਕੁ ਲੋਕ ਹੁਣ ਤੱਕ ਇੱਥੇ ਦਰਸ਼ਨ ਦੀਦਾਰੇ ਕਰ ਚੁੱਕੇ ਨੇ ਚੜ੍ਹਦੇ ਪੰਜਾਬ ਤੋਂ ਜਿਹੜੇ ਆਏ ਨੇ ਇੱਥੋਂ ਦੀ ਸੰਗਤ ਤਾਂ ਕਰ ਹੀ ਰਹੀ ਹੈ ਚੜ੍ਹਦੇ ਪੰਜਾਬ ਦੇ ਕਿੰਨੇ ਕੁ ਲੋਕ ਆਏ ਨੇ ਹੁਣ ਤੱਕ ਭਾਈ ਸਾਹਿਬ ਜੀ ਜਿੱਦਣ ਪਹਿਲੇ ਦਿਨ ਲਾਂਘਾ ਖੁੱਲ੍ਹਿਆ ਸੀ ਉੱਦਣ ਤਕਰੀਬਨ 578 ਬੰਦੇ ਆਏ ਸੀ ਮੈਕਸੀਮਮ ਜਿਹੜਾ ਹੈ ਬਾਹਰ ਗਿਆ ਜੀ 1964 ਦੀ ਗਿਣਤੀ ਦੇ ਵਿੱਚ ਸ਼ਰਧਾਲੂ ਸਾਡੇ ਕੋਲੋਂ ਭਾਰਤ ਤੋਂ ਆਏ ਨੇ ਲੇਕਿਨ ਦਿਨ ਬ ਦਿਨ 1964 ਤੋਂ ਬਾਅਦ ਜਿਹੜੀ ਇਹ ਗਿਣਤੀ ਘੱਟਦੀ ਗਈ ਹੈ 700-600-500-300 ਇੱਕ ਦਿਨ ਤਾਂ 172 ਬੰਦੇ ਵੀ ਆਏ ਸੀ ਲੇਕਿਨ ਅਸੀਂ 5000 ਸੰਗਤ ਦਾ ਉਪਰਾਲਾ ਕੀਤਾ ਹੋਇਆ ਸਾਡੇ ਕੋਲ ਤਮਾਮ ਇੰਤਜ਼ਾਮਾਤ ਲੰਗਰ ਰਾਸ਼ਨ ਹਰ ਇੱਕ ਚੀਜ਼ ਜੋ ਇੱਕ ਗੁਰੂ ਘਰ ਦੇ ਵਿੱਚ ਸੰਗਤ ਨੂੰ ਰਿਕੁਆਇਰ ਹੁੰਦੀ ਹੈ ਉਹ ਸਾਡੇ ਕੋਲ 5000 ਸੰਗਤ ਵਾਸਤੇ ਤਮਾਮ ਉਪਰਾਲੇ ਮੌਜੂਦ ਨੇ ਔਰ ਅਸੀਂ ਭਾਰਤ ਸਰਕਾਰ ਨੂੰ ਇਹ ਬੇਨਤੀ ਕਰਾਂਗੇ ਕਿ ਪਾਕਿਸਤਾਨ ਸਰਕਾਰ ਦੀ ਤਰਫੋਂ ਅਸੀਂ 5000 ਦਾ ਨਿੱਘਾ ਸਵਾਗਤ ਕਰਨ ਲਈ ਸਾਡੇ ਤਮਾਮ ਡਿਪਾਰਟਮੈਂਟ ਪਾਕਿਸਤਾਨ ਸਰਕਾਰ ਦੇ ਜਿੰਨੇ ਅਦਾਰੇ ਨੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਸਰਦਾਰ ਸਤਵੰਤ ਸਿੰਘ ਜੀ ਦੀ ਅਗਵਾਈ ਹੇਠ ਉਹਨਾਂ ਦੇ 10 ਮੈਂਬਰਾਂ ਦੀ ਇਹ ਜਿਹੜੀ ਕਮੇਟੀ ਹੈ ਅਸੀਂ 5000 ਸੰਗਤ ਨੂੰ ਇੱਥੇ ਰਿਸੀਵ ਕਰਨ ਲਈ ਉਹਨਾਂ ਦੀ ਸੇਵਾ ਕਰਨ ਲਈ ਇੱਥੇ ਤਮਾਮ ਇੰਤਜ਼ਾਮਾਤ ਕੀਤੇ ਹੋਏ ਨੇ ਲੇਕਿਨ ਮੈਨੂੰ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਗਿਣਤੀ ਬਹੁਤ ਘੱਟ ਜਿਹੜੀ ਹੈ ਨਾ ਉਹ ਸੰਗਤਾਂ ਦੀ ਇੱਥੇ ਆ ਰਹੀ ਹੈ ਜੀ ਸਭ ਕੁਝ ਤੇਰਾ ਉਸ ਸੋਹਣੇ ਦਾ ਕੁਝ ਨਹੀਂ ਹੈ ਮੇਰਾ ਨਾਨਕ ਤੇਰਾ ਨਾਨਕ ਮੇਰਾ ਨਾਨਕ ਭਾਵੇਂ ਜਗ ਤੇ ਫੇਰਾ ਨਾਨਕ ਤੇਰਾ ਨਾਨਕ ਮੇਰਾ ਨਾਨਕ ਭਾਵੇਂ ਜਗ ਤੇ ਫੇਰਾ